ਬਰਗਾੜੀ ਬੇਦਬੀ ਮਾਮਲੇ 'ਚ ਇਨਸਾਫ ਕਦਮ ਮਿਲੇਗਾ ਇਸ ਮੰਗ ਨੂੰ ਲੈ ਕੇ ਮੁਤਵਾਸੀ ਜਥੇਦਾ ਧਿਆਨ ਸਿੰਘ ਮਾਨ ਜੋ ਨੇ ਲਗਾਤਾਰ ਧਰਨਾ ਦੇ ਰਹੇ ਨੇ 1 ਜੂਨ ਤੋਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖੇੜਾ ਨੇ ਧਿਆਨ ਸਿੰਘ ਮਾਨ ਨੂੰ ਸਮਰਥਨ ਦੇ ਦਾ ਐਲਾਨ ਕੀਤਾ ਤੇ ਪੰਜਾਬ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਤੇ ਬੇਸ਼ੱਕ ਬੇਦਬੀ ਮਾਮਲੇ 'ਚ ਪੁਲਿਸ ਲਗਾਤਾਰ ਵਕਵਕ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਹੈ ਹੁਣ ਤੱਕ ਨੌ ਡੇਰਾ ਪ੍ਰੀਮੈਨ ਨੂੰ ਹਿਰਾਸਤ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਬਰਗਾੜੀ ਵਿੱਚ ਮੁਤਵਾਸੀ ਜਥੇਦਾ ਧਿਆਨ ਸਿੰਘ ਮਾਨ ਜੋ ਨੇ ਉਹਨਾਂ ਨੇ ਲਗਾਤਾਰ ਮੋਰਚਾ ਖੋਲ੍ਹ ਲਿਆ ਹੋਇਆ ਹੈ ਸ਼ਨੀਵਾਰ ਨੂੰ 16 ਦਿਨ ਹੋ ਤੇ ਆਵਾ ਦੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖੇੜਾ ਵੀ ਇਸ ਮੌਕੇ ਬਰਗਾੜੀ ਪਹੁੰਚੇ। ਉਹਨਾਂ ਨੇ ਧਿਆਨ ਸਿੰਘ ਮਾਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਸੁਖਪਾਲ ਸਿੰਘ ਖੇੜਾ ਨੇ ਪੰਜਾਬ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਧਦੇ ਦੂਜੇ ਪਾਸੇ ਮੁਤਵਾਸੀ ਜਥੇ ਦਾ ਧਿਆਨ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਨੂੰ ਮਜਬੂਰਨ ਇੱਥੇ ਆਉਣਾ ਪਵੇਗਾ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਸਾਹਮਣੇ ਲਿਆਉਣਾ ਪਵੇਗਾ ਤੇ ਸਖਤ ਕਾਰਵਾਈ ਕੀਤੀ ਜਾਵੇ। ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਨੇ। ਔਰ ਨਾਲ ਜਿਹੜੇ ਦੋ ਸਿੱਖ ਨੌਜਵਾਨ ਮਾਰੇ ਗਏ ਨੇ ਉਹਨਾਂ ਦੇ ਜਿਹੜੀ ਐਫ ਆਈ ਆਰ ਵਿੱਚ ਜਿਹੜੇ ਪੁਲਿਸ ਵਾਲਿਆਂ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਨਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਵੇ ਔਰ ਜਿਨ੍ਹਾਂ ਨੇ ਹੁਕਮ ਦਿੱਤਾ ਗੋਲੀ ਚਲਾਉਣ ਦਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਤੇ ਨਾਲ ਜਿਹੜੇ ਕੈਦੀ ਨੇ ਚਾਹੇ ਉਹ ਸਿੱਖ ਆ ਮੁਸਲਮਾਨ ਇਸਾਈ ਹਿੰਦੂ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਉਹਨਾਂ ਦੀ ਰਿਹਾਈ ਤੇ ਜਿਹੜਾ ਜਿਨ੍ਹਾਂ ਨੂੰ ਦੂਰ ਤਰਾਡੇ ਜੇਲਾਂ ਚ ਰੱਖਿਆ ਉਹਨਾਂ ਨੂੰ ਆਪਣੀ ਘਰਾਂ ਦੇ ਨੇੜੇ ਜੇਲਾਂ ਵਿੱਚ ਆਉਣਾ ਚਾਹੀਦਾ ਪੁੱਛਣ ਦੀ ਲੋੜ ਨੇ ਕਿੰਨੇ ਗੋਲੀ ਮਾਰੀ ਕਿੰਨੇ ਹੁਕਮ ਦਿੱਤਾ ਕਿੰਨੇ ਗੋਲੀ ਚਲਾਈ ਕਿੰਨਾ ਨੇ ਬੇਅਦਬੀ ਕੀਤੀ ਤੇ ਕੀ ਹੋਇਆ ਸਾਰਾ ਇਹ ਲੁਕਿਆ ਛੁਪਿਆ ਤੇ ਕੁਝ ਵੀ ਨਹੀਂ ਫਿਰ ਫਤੋ ਪਰਦਾ ਹੀ ਚੁੱਕਣਾ ਹੈ ਉਹ ਸਰਕਾਰ ਚੁੱਕ ਦਵੇ ਹਾਲੇ ਤਾਂ ਸ਼ੁਰੂ ਹੋਇਆ ਹੈ ਸਾਡਾ ਮੋਰਚਾ ਮੈਂ ਸਮਝਦਾ ਜੇ ਸ਼ੁਰੂ ਹੋਇਆ ਹੈ ਇਹ ਦਿਨ-ਬਦਿਨ ਉਹ ਵੀ ਦਿਨ ਆ ਜਾਣਾ ਹੈ ਕਿ ਜਿਸ ਦਿਨ ਸਾਰੇ ਪੰਜਾਬ ਦਾ ਬੱਚਾ-ਬੱਚਾ ਆ ਗਿਆ ਇੱਥੇ ਬਹਿ ਜਾਣਾ ਤੇ ਫਿਰ ਕਰਨਾ ਤੇ ਪੈਣਾ ਹੀ ਆ ਸਰਕਾਰ ਨੂੰ ਕਰ ਦੇਣਾ ਚਾਹੀਦਾ